ਤੇ ਵੀਰ ਜੀ ਅਸੀਂ ਸਾਡਾ ਕੋਈ ਚੋਰ ਨਹੀਂ ਹੈਗਾ ਇਹ ਛੱਡਣ ਨੂੰ, ਤੇ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ, ਠੀਕ ਹੈ ਨਾ। ਅਸੀਂ ਰਾਤਾਂ ਨੂੰ ਦਿਨ ਰਾਤ 12-12 1-1 ਵਜੇ ਅਸੀਂ ਪੈਂਦੇ ਹਾਂਗੇ, ਤੜਕੇ 4 ਵਜੇ ਫਿਰ ਉੱਠ ਕੱਢਦੇ ਹਾਂਗੇ ਮਤਲਬ। ਅਤੇ ਸਿਆਲ ਦੀਆਂ ਰਾਤਾਂ ਨੇ ਕੋਈ, ਤੁਸੀਂ ਇਹ ਲਾ ਲਓ ਵੀ ਕੋਈ ਹਰੇਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ, ਪੁੱਤਾਂ ਵਾਂਗੂ ਪਾਲੀ ਹੋਈ ਫਸਲ ਅੱਜ ਬਰਬਾਦ ਹੋ ਰਹੀ ਹੈਗੀ। ਇਹਦਾ ਹੱਲ ਕੋਈ ਹੋਣਾ ਚਾਹੀਦਾ, ਸਰਕਾਰਾਂ ਨੂੰ ਜਾਂ ਡੀ ਸੀ ਸਾਹਿਬ ਨੂੰ ਹੱਲ ਕਰਨਾ ਚਾਹੀਦਾ। ਜਿਵੇਂ ਝਰੇੜੀ ਗਊਸ਼ਾਲਾ ਆਪਣੇ ਬਣਾਈ ਗਈ ਸੀ ਸਰਕਾਰ ਵੱਲੋਂ, ਉਹ ਗਊਸ਼ਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ? ਨਹੀਂ, ਝਰੇੜੀ ਦੇਖੋ ਗਊਸ਼ਾਲਾ ਬਣੀ ਹੈ, ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ, ਅਸੀਂ ਦਾਣੇ ਦਿੰਦੇ ਤੂੜੀ ਦਿੰਦੇ ਹਾਂਗੇ, ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ। ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਤਾਂ ਡੰਗਰ ਵੀ ਉਹ ਨੇ ਰੋਡ ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ, ਐਕਸੀਡੈਂਟ ਹੋ ਰਹੇ ਨੇ, ਨੌਜਵਾਨ ਲੋਕ ਮਰ ਰਹੇ ਨੇ ਵੀ ਮੰਨ ਲਓ। ਅਤੇ ਫਸਲਾਂ 100 ਦੇ ਵਿੱਚੋਂ 60% ਫਸਲ ਖਾਧੀ ਗਈ ਜਿਹੜੀਆਂ ਪਿੰਡ ਦੇ ਲਵੇ ਨੇ ਜੀ। ਹਾਂਜੀ, ਹੋਰ ਕੀ ਪ੍ਰੋਬਲਮ ਆ ਰਹੀ ਹੈ? ਪ੍ਰੋਬਲਮ ਤਾਂ ਇਹ, ਡੀਸੀ ਸਾਹਿਬ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ, ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸੱਜਣ ਸਿੰਘ ਨਾਮ ਆ ਜੀ ਸਾਡਾ। ਕਿਹੜੇ ਪਿੰਡ ਤੋਂ ਆਏ ਹੋ? ਫੱਗੂ ਵਾਲੇ ਤੋਂ ਆਏ ਹਾਂ ਜੀ। ਕੀ ਪ੍ਰੋਬਲਮ ਆ ਤੁਸੀਂ ਟਰਾਲੀਆਂ ਜਿਹੜੀਆਂ ਗਊਆਂ ਦੀਆਂ ਭਰੀਆਂ ਹੋਈਆਂ ਨੇ? ਸਾਨੂੰ ਪ੍ਰੋਬਲਮ ਇਹ ਆ ਜੀ, ਸਾਡੀ ਕਣਕ ਬਿਲਕੁਲ ਖਾ ਚੁੱਕੇ ਨੇ ਅਤੇ ਸਾਨੂੰ ਇਹਨੂੰ ਜਗ੍ਹਾ ਨਹੀਂ ਹੈਗੀ ਕੋਈ, ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਅੰਦਰ ਨਹੀਂ ਵੜਦੇ। ਨਹੀਂ, ਗਊਸ਼ਾਲਾ ਜਿਹੜੀ ਇੱਥੇ ਝਰੇੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ? ਉੱਥੇ ਸਾਨੂੰ ਵੜ ਨਹੀਂ ਦਿੰਦੇ ਹੈਗੇ। ਕੀ ਕਹਿੰਦੇ? ਕਹਿੰਦੇ ਵੀ ਇਸ ਤਰ੍ਹਾਂ ਸਾਨੂੰ ਲਿਖਿਆ ਕੇ ਲਿਆਓ ਡੀ ਸੀ ਸਾਹਿਬ ਤੋਂ, ਤਾਂ ਅਸੀਂ ਡੀ ਸੀ ਸਾਹਿਬ ਨੂੰ ਮਿਲਣਾ ਆ। ਤੁਸੀਂ ਇੱਥੇ ਜਿਹੜੀਆਂ ਮਾਰਕੀਟ ਕਮੇਟੀ ਦੇ ਸਾਹਮਣੇ ਟਰਾਲੀਆਂ ਲਾਈਆਂ ਨੇ, ਕੀ ਕਾਰਨ? ਇਹ ਡੀ ਸੀ ਸਾਹਿਬ ਨੂੰ ਮਿਲਣ ਆਇਆ ਸੀ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਊਸ਼ਾਲਾ 'ਚ ਛੱਡ ਸਕੀਏ। ਕਿੰਨੀ ਕੁ ਪ੍ਰੋਬਲਮ ਆਉਂਦੀ ਹੈ ਰਾਤ ਨੂੰ, ਮਤਲਬ ਕਿ ਤੁਸੀਂ ਕਣਕ ਵਗੈਰਾ ਦਾ ਕਿੰਨਾ ਕੁ ਨੁਕਸਾਨ ਕਰਦੀ ਆ? ਵੀਰੇ, ਕਣਕ ਦਾ ਤਾਂ ਸਾਡਾ ਬਿਲਕੁਲ ਹੀ ਕਰਤਾ ਨੁਕਸਾਨ। ਜਿਹੜੇ ਰੋਡ 'ਤੇ ਪਿੰਡ ਹੋਣ ਦੇ ਬਾਵਜੂਦ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ। ਹੋਰ ਕੀ ਕਹਿਣਾ? ਅਤੇ ਬਾਕੀ 12 ਵਜੇ ਅਸੀਂ ਪੈਂਦੇ ਹਾਂ, ਸਵੇਰੇ 4 ਵਜੇ ਫਿਰ ਉੱਠ ਖੜ੍ਹਦੇ ਹਾਂ। ਅਸੀਂ ਤਾਂ ਗਊਸ਼ਾਲਾ ਛੱਡਣ ਵਾਸਤੇ ਲੈ ਕੇ ਆਏ ਹਾਂ, ਨਾ ਕਿ ਅਸੀਂ ਮੰਡੀ 'ਚ ਛੱਡਣ ਵਾਸਤੇ। ਸਾਨੂੰ ਡੀ ਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ, ਪ੍ਰੋਪਰ ਇਹਦਾ ਹੱਲ ਕੀਤਾ ਜਾਵੇ। ਹਾਂਜੀ ਸਰ, ਲੋਕਾਂ ਗਊ ਕਿਸਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ, ਉਹਦੇ ਗਊਆਂ ਛੱਡਣ ਆਉਂਦੇ ਨੇ ਕਿ ਆਪਣੇ ਮੰਡੀ 'ਚ ਕੀ ਇਸ ਪਰ ਜੀ? ਅੱਜ 2 ਟਰਾਲੀਆਂ ਭਰ ਗਏ, ਦੋਵੇਂ ਜੀ ਇੱਕ ਇੱਥੇ ਇੱਕ ਖੜੀ ਸਾਹਮਣੇ, ਓਕੇ। 2 ਟਰਾਲੀਜ਼ ਭਰ ਕੇ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ, ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਕੋਈ ਪਰੇਸ਼ਾਨੀ ਆ ਰਹੀ ਹੈ। ਝਨੇੜੀ ਸਾਡੀ ਸਰਕਾਰੀ ਗਊਸ਼ਾਲਾ, ਉੱਥੇ ਜਿੰਨੀ ਕਪੈਸਿਟੀ ਜੋ ਵੀ ਅਲਾਊਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ। ਹੁਣ ਵੀ ਜਿੰਨੀ ਗਊਆਂ ਲੈ ਕੇ ਆਏ ਨੇ, ਕੋਈ ਪਸ਼ੂ ਲੈ ਕੇ ਆਏ ਨੇ, ਉਹਨਾਂ ਨੂੰ ਐਡਜਸਟ ਕਰਾ ਦਿੱਤਾ ਗਿਆ। ਪ੍ਰੋਬਲਮ ਇਹ ਆਉਂਦੀ ਹੈ ਕਿ ਉੱਥੇ ਕਪੈਸਿਟੀ ਹੈ ਜੀ 300 ਪਸ਼ੂ ਦੀ। ਇਟ ਇਜ਼ ਅ ਫਾਈਨਾਈਟ ਕਪੈਸਿਟੀ, ਇਨਫਾਈਨਾਈਟ ਨਹੀਂ ਹੈ। ਉਹਨੂੰ ਵਧਾਉਣ ਲਈ ਅਸੀਂ ਆਲਰੇਡੀ 2 ਸ਼ੈੱਡ ਹੋਰ ਬਣਾ ਰਹੇ ਹਾਂ, 2 ਸ਼ੈੱਡਾਂ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ। ਸੋ ਵੀ ਆਰ ਗ੍ਰੈਜੂਅਲੀ ਮੈਨੇਜਿੰਗ, ਬਟ ਦੇਖੋ ਇਹ ਪੂਰੇ ਪੰਜਾਬ ਭਰ ਦੀ ਸਮੱਸਿਆ, ਇਕੱਲੇ ਭਵਾਨੀਗੜ੍ਹ ਦੀ ਨਹੀਂ ਹੈ, ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ। ਵੀ ਆਰ ਮੈਨੇਜਿੰਗ ਇਟ। ਅਸੀਂ ਕਪੈਸਿਟੀ ਤੋਂ ਵੱਧ ਜੇ ਲਿਆਵਾਂਗੇ ਤਾਂ ਗਊਆਂ ਨਾਲ ਵੀ ਠੀਕ ਨਹੀਂ ਹੈ। ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ, ਬਹੁਤ ਹੀ ਧਿਆਨ ਨਾਲ ਉੱਥੇ ਸਾਫ਼ ਸਫਾਈ ਨਾਲ ਰੱਖਣਾ। ਜੇ ਅਸੀਂ ਨਹੀਂ ਰੱਖਦੇ ਉੱਥੇ ਕੋਈ ਪ੍ਰੋਬਲਮ ਆਉਂਦੀ, ਉਹਦੇ ਲਈ ਵੀ ਸਰਕਾਰੀ ਜ਼ਿੰਮੇਵਾਰ ਹੈ। ਸੋ ਅਸੀਂ ਸਾਰੀ ਚੀਜ਼ਾਂ ਦੇਖ ਕੇ ਚੱਲਣਾ ਹੁੰਦਾ, ਇਹਨਾਂ ਨੂੰ ਅਸੀਂ ਐਡਜਸਟ ਕਰਵਾ ਦਿੱਤਾ। ਸਰ, ਉਹ ਕਹਿ ਰਹੇ ਨੇ, ਕਹਿੰਦੇ ਕਿ ਜਦੋਂ ਗਊਆਂ ਛੱਡਣ ਜਾਂਦੇ ਹਾਂ ਜੀ, ਉਹ ਸਾਨੂੰ ਕਹਿੰਦੇ ਆ ਵੀ ਡੀ ਸੀ ਸਾਹਿਬ ਤੋਂ ਲਿਖਾ ਕੇ ਦਿਓ ਜੀ। ਉਸ 'ਚ ਗੱਲ ਇੱਦਾਂ ਜੀ ਕਿ ਜਦ ਤੱਕ, ਹੁਣ ਮੰਨ ਲਓ ਉੱਥੇ ਕਪੈਸਿਟੀ ਫੁੱਲ ਹੋਵੇ ਅਤੇ ਉੱਥੇ ਕੋਈ ਲੈ ਕੇ ਚੱਲ ਜਾਵੇ 100 ਪਸ਼ੂ ਜਾਂ 50 ਪਸ਼ੂ, ਕਿਉਂਕਿ ਨਾ ਕਈ ਡੈਰੀ ਫਾਰਮਸ ਵੀ ਹੈ, ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ, ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ 'ਚ ਛੁਡਾ ਕੇ ਖਰਚਾ ਦੇਣਾ ਹੁੰਦਾ, ਸਾਰਾ ਕੁਛ ਕਰਨਾ ਹੁੰਦਾ। ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ,
ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗਾ ਉਹਨਾਂ ਨੂੰ, ਜਦ ਤੱਕ ਉਹਨਾਂ 'ਤੇ ਕੰਮ ਆ ਰਿਹਾ ਸੀ, ਉਦੋਂ ਤੱਕ ਅਸੀਂ ਉਹਦਾ ਦੋਨ ਕਰ ਲਈਏ, ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੋਂ ਅਸੀਂ ਭੱਜ ਜਾਈਏ। ਉਸ ਚੀਜ਼ ਨੂੰ ਬੰਦ ਕਰਨ ਲਈ ਪ੍ਰੋਸੈਸ ਬਣਾਇਆ ਹੋਇਆ ਕਿ ਅਪਰੂਵਲ ਤੋਂ ਬਿਨਾਂ ਕੋਈ ਵੀ ਉਹ ਕਰਨ ਨਾ, ਤਾਂ ਕਿ ਉਹ ਵੀ ਮਰਜ਼ੀ ਨਾ ਕਰਨ ਅਤੇ ਆਮ ਬੰਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀ ਨਾ ਹੋਵੇ। ਸਰ ਇੱਕ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਕਿ ਪਸ਼ੂ ਜਦੋਂ ਛੱਡਣ ਜਾਂਦਾ ਕੋਈ ਉੱਥੇ ਫੜ ਕੇ ਜੀ ਤੋਂ ਅੱਜ ਤੱਕ ਜੀ ਸਿੰਗਲ ਕੰਪਲੇਂਟ ਨਹੀਂ ਆਈ ਇਸ ਟੋਪਿਕ 'ਤੇ। ਜੇ ਇੱਕ ਮਿੰਟ ਜੀ, ਨਹੀਂ ਫਿਰ ਉਹ ਜਾ ਰਹੇ ਨੇ, ਤੁਸੀਂ ਦੇਖ ਲਓ ਟਰਾਲੀ ਭੜ ਕੇ ਚੱਲ ਪਈ ਆਲਰੇਡੀ, ਹੈ ਨਾ, ਹੁਣ ਛੱਡ ਕੇ ਵੀ ਆਉਣਗੇ। ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਹਾਂ, ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗੇ ਆ ਤਾਂ ਉਹਦੇ ਵਾਸਤੇ ਗੌਰਮੈਂਟ ਦੀ ਜਿਹੜੀ ਕਾਉਂਸਲ ਸੀ ਨੋਟੀਫਿਕੇਸ਼ਨ ਪੁਰਾਣੀ ਤੁਸੀਂ ਚੱਕ ਲਓ, ਉਹਦੇ 'ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਉਹ ਲਿਖ ਦਿੱਤੀ ਹੈ, ਉਸ 'ਚ ਕੋਈ ਵਹਿਮ ਵਾਲੀ ਗੱਲ ਨਹੀਂ ਹੈ। ਸਰ ਸ਼ਹਿਰ ਦੇ ਤੁਹਾਨੂੰ 20-25 ਆਪਣੇ 'ਚੋਂ ਹੀ ਆਪਣੇ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ, ਸੋ ਆਪਾਂ ਸਾਰੇ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ ਹੈ, ਪਹਿਲਾਂ ਉਹਦਾ ਦੁੱਧ ਪੀਤਾ ਹੈ, ਉਹਦਾ ਦੁੱਧ ਵੇਚਿਆ ਹੈ, ਤਾਂ ਇਹ ਨਹੀਂ ਹੈ ਕਿ ਬਾਅਦ 'ਚ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਆਪਾਂ ਭੱਜ ਜਾਈਏ ਅਤੇ 20-25 ਪਸ਼ੂ ਕਰ ਇਕੱਠੇ ਕਰਕੇ ਇੱਕ ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਜਾਂਦੇ ਨੇ ਜੀ, ਦੂਜੇ ਪਿੰਡ ਵਾਲੇ ਬਾਰਡਰ 'ਤੇ ਛੱਡ ਜਾਂਦੇ ਨੇ, ਬਾਰਡਰ ਵਾਲੇ ਉੱਧਰੋਂ ਇੱਧਰ ਇੱਧਰ, ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਜੋ ਚੱਲਦਾ ਜੀ। ਕਾਨੂੰਨ ਤਾਂ ਜੀ ਹੁਣ ਮੈਂ ਮੇਰੇ ਟੋਪਿਕ ਮੇਰੇ ਉਸ ਤੋਂ ਬਾਹਰ ਹੈ, ਮੈਂ ਕੋਈ ਕਮੈਂਟ ਨਹੀਂ ਕਰ ਸਕਦਾ।